ਭਾਈ ਸਾਹਿਬ ਲਓ ਜੀ ਕੋਈ ਹੈ ਵੀ ਹੈ ਕਿ ਦਸ ਵਾਰੀ ਰੋਟੀ ਖਾਧੀ ਸੀ ਇੱਕ ਵਾਰੀ ਸਾਲਣ ਦੇਣ ਲੱਗੇ ਮਰਨ ਦੇ ਦਸ ਵਾਰੀ ਕਿੱਥੇ ਰੋਟੀ ਖਾਧੀ ਸੀ ਉਹ ਤੁਹਾਡੇ ਪਿਓ ਦੇ ਕੁੱਲਾ ਤੇ ਮੈਂ ਗਿਆ ਵਾ ਉਹ ਜਦੋਂ ਆਲੂ ਪਕਾਏ ਹਰੇ ਆਲੂ ਇੱਕ ਇੱਕ ਆਲੂ ਪਾ ਕੇ ਦੇਣੇ ਛੋਰਾ ਹੀ ਛੋਰਾ ਛੋਰਾ ਹੀ ਛੋਰਾ ਤੇ ਸ਼ੁਕਰ ਕਰ ਜਿਹੋ ਜਿਹਾ ਤੂੰ ਹੈ ਤੈਨੂੰ ਉਹੋ ਜਿਹਾ ਦੇ ਛੜੇ ਕੀ ਬਕਵਾਸ ਤੇ ਕਰਨਾ ਹੈ ਝਗੜਾ ਲਿਆ ਦਿਓ ਤੁਹਾਡੇ ਘਰ ਕੁੱਲਾ ਦੇ ਆਏ ਹਾਂ ਕੁੱਲੀਆਂ ਕਿੱਥੇ ਨੇ ਮੇਰੇ ਬੱਚਿਓ ਸ਼ਾਦੀ ਤੇ ਔਰ ਕੁੱਲਾ ਚ ਬੜਾ ਫਰਕ ਹੁੰਦਾ ਹਾਂਜੀ ਜਿਹੜੇ ਕੁੱਲ ਹੁੰਦੇ ਨੇ ਨਾ ਇਹ ਅਗਲੇ ਬੰਦੇ ਦੀ ਹਸੀਅਤ ਦੇ ਮੁਤਾਬਕ ਅਗਲੇ ਨੇ ਖਰਚਾ ਕੀਤਾ ਹੁੰਦਾ ਠੀਕ ਹੈ ਤੇ ਉਹਨੂੰ ਸ਼ਰਮਿੰਦਾ ਨਹੀਂ ਕਰੀਦਾ ਅੱਛਾ ਮੈਨੂੰ ਇਹ ਦੱਸੋ ਤੁਸੀਂ ਬਤੀਜ ਹੋ ਨਾ ਮੇਰੇ ਪੁੱਤਰ ਨੇ ਜਪਾਨੀ ਫਲ ਖਾਣਾ ਇੱਧਰ ਆਇਆ ਨਾ ਇਹ ਤੂੰ ਤਾਂ ਇੱਧਰ ਆ ਪੁੱਤਰ ਜਵਾਨ ਹੋ ਗਈ ਉਹ ਕਿੱਥੇ ਵੇ ਐ ਖਲੋਤਾ ਆਈ ਵਾਹ ਜੀ ਵਾਹ ਉੱਠੇ ਮੇਰੇ ਭਰਾ ਨੂੰ ਹੱਥ ਨਹੀਂ ਲਾਣਾ ਹੱਥ ਨਹੀਂ ਹਾਂਜੀ ਇਹਨੂੰ ਠੁੱਡੇ ਮਾਰ ਲਿਆ ਹੱਥ ਮੇਰੇ ਨਾਲ ਜਿੰਨੇ ਵੀ ਲੜਨਾ ਨਾ ਉਹਨੇ ਬਹਿ ਕੇ ਲੜਨਾ ਕਿਉਂਕਿ ਖਲੋ ਕੇ ਮੇਰੇ ਤੋਂ ਸੰਭਾਲ ਲੈਣ ਜਾਂਦਾ ਜੇ ਤੂੰ ਆਪਣੇ ਪਿਓ ਦਾ ਪੁੱਤਰ ਹੈ ਨਾ ਇਹਨੂੰ ਲੰਮੇ ਪਾ ਕੇ ਦਿਖਾ ਲੰਮੇ ਪਾ ਲੈ ਹੋਰ ਕੀ ਹਾਲ ਹੈ ਡੁੱਬ ਕੇ ਮਰ ਜਾ ਚਲੋਣੇ ਚ ਡੇ ਬੰਦੇ ਤੈਨੂੰ ਲੰਮੇ ਪਹਾੜੇ ਨਹੀਂ ਉਹ ਲੰਮੇ ਪੈ ਗਏ ਨਾ ਥੱਲੇ ਪੈ ਤੂੰ ਚਲੋਣਾ ਪਿਓ ਨੂੰ ਕਿਉਂ ਕਹਿੰਦੇ ਆ ਉੱਠਾ ਉੱਠਾ ਚਲੋ ਧਿਆਨ ਦੇ ਚਲੋ ਆਪਣੇ ਘਰ ਵੇ ਤੇ ਸਹੀ ਬਾਰ ਬਾ ਕੀ ਕਿਆ ਨੂੰ ਕਮਾਏ ਹੋਏ ਨਹੀਂ ਵਾਹ ਬੰਦਿਆਂ ਦੇ ਜਿਸਮਾਂ ਤੇ ਮੂੰਹ ਡਡੂਆਂ ਦੇ ਲਾਏ ਹੋਏ ਨੇ ਕਿਆ ਕਰ ਛੱਡਵਾ ਜੱਗ ਮਾਰਾ ਬਸ ਸਾੜੇ ਆ ਜੱਗ ਦੀ ਤਾਂ ਤੂੰ ਆਪੇ ਲੰਡਾ ਖਰਾਬ ਦਿਓ ਪੁੱਤਰੋ ਕੁੱਲਾਂ ਵੀ ਆ ਕੇ ਅਗਲੇ ਦੇ ਘਰ ਦੇ ਵਿੱਚ ਨੁਕਸ ਕੱਢਣ ਡਏ ਨੇ ਬਈ ਰੋਟੀ ਪੂਰੀ ਨਹੀਂ ਦਿੰਦੇ ਓਏ ਬਈ ਇੱਕ ਕੌਲੀ ਚ ਦੋ ਦੋ ਜਣੇ ਹੋਈ ਹੋ ਤੁਹਾਨੂੰ ਪੂਰਾ ਖਰਚਾ ਉਹਨਾਂ ਕੋਲ ਨੇ ਕੀਤਾ ਹੈ ਬਈ ਸਾਹਿਬ ਲੰਨਾ 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 ਤੇਰੇ ਨਹੀਂ ਆਉਂਦਾ ਮੈਂ ਕੱਲ ਕਰਨਾ ਨਹੀਂ ਹੈ ਬਾਰ ਬਾਰ ਰੋਟੀ ਮੰਗਦੇ ਚਾਰ ਪਾਰ ਸਾਲਣ ਮੰਗਦੇ ਨੇ ਫਿਰਾ ਟੁਰੋ ਫਿਰਾ ਟੁਰੋ ਕਿਧਰ ਆਏ ਹੋ ਮੈਂ ਨਾ ਸੁਣਿਆ ਤੇ ਫੋਟੀ ਹੋਈ ਹੈ ਤੇ ਮੈਂ ਉਹਦਾ ਅਫਸੋਸ ਕਰਨ ਆਈ ਅਫਸੋਸ ਕਰਨ ਆਈ ਹਾਂਜੀ ਏਡੀ ਸੱਚ ਪੱਚ ਕੇ ਅਫਸੋਸ ਕਰਨ ਆਈ ਹਾਂਜੀ ਮਾਸ਼ਾਅੱਲਾ ਹਾਂ ਉਤਲੀ ਮੰਜ਼ਲ ਦਾ ਕੀ ਕਰਾਇਆ ਮੈਂ ਕਦੋਂ ਉਹੋ ਜਿਹੀ ਜਿਹੜਾ ਤੁਹਾਡੇ ਪਿੱਛੇ ਫਿਰਨ ਗਿਆ ਵਾ ਹੈ ਗੱਲ ਕਰਨ ਵਾਲੀ ਹੈ ਇਹ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਈ ਹੈ ਤੂੰ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਇਹਨਾਂ ਦਾ ਕੋਈ ਮਸਲਾ ਕਲੀਅਰ ਹੋ ਲੈਂਦੇ ਇਹ ਪਤਾ ਨਹੀਂ ਕੀ ਰਫੜੀ ਬਾਹਰ ਡਬਲ ਡਬਲ ਵੇਚ ਕੇ ਆਈ ਜਾਂਦੇ ਨੇ ਹੈ ਪਹਿਲਾਂ ਚਾਰ ਤੇ ਹਿਸਾਬ ਲਾ ਲਓ ਕਿ ਕਿੱਥੇ ਕਿੱਥੇ ਕਿਹੜਾ ਨੰਬਰ ਲੱਗਾ ਹੈ ਇਹ ਗੱਲ ਏ ਆਪਣਾ ਜਾਣੀਏ ਓਏ ਹੈ ਰੌਲਾ ਪਾਇਆ ਆਈ ਹੈ ਹੈ ਰੌਲਾ ਕੀ ਪਾਣਾ ਹੈ ਇਹ ਵੇਖ ਨਾ ਤੇਰੀ ਭੈਣ ਨੂੰ ਅੱਗੇ ਇਕੱਠੇ ਪੈਸੇ ਪਾਉਂਦੇ ਹੈ ਕਿ ਇਕੱਲੇ ਹੀ ਮੰਗਾ ਲਈ ਆ ਹੈ ਉਹ ਇਕੱਲੇ ਆਣੀ ਮੰਗਾਈ ਅਫਸੋਸ ਵਾਸਤੇ ਆਈ ਏ ਅਫਸੋਸ ਕਰਨ ਆਏ ਹੋ ਹਾਂ
ਠੀਕ ਹੈ ਨਿਕਲ ਜਾ ਨਿਕਲ ਜਾ ਤੂੰ ਜਿਹਦੇ ਵਿੱਚ ਮੇਰੀ ਵਾਰੀ ਨਹੀਂ ਆਉਣ ਡਈ ਮੈਂ ਕੀ ਖੇਡਾਂ ਤੇ ਮਾਮਾ ਜਾ ਤਾਂ ਸਹੀ ਉੱਥੇ ਹੀ ਥੱਲੋਂ ਵੀ ਨੇੜੇ ਥੱਲੋਂ ਵੀ ਨੇੜੇ ਇਹ ਕੀ ਇਹ ਮੇਰੇ ਵਾਰੀ ਤੰਗ ਨਹੀਂ ਹੋਣ ਡਈ ਹੈ ਤੁਸੀਂ ਨਾ ਮੰਜ਼ਲੇ ਮਕਸੂਦ ਦੇ ਕੋਲ ਆਓ ਤਾਂ ਕਿ ਇੱਥੇ ਲੈਵਲ ਤੇ ਬੜੇ ਜਾ ਰਹੇ ਹੈ ਠੀਕ ਹੈ ਹਲੇ ਵੀ ਵਿੱਚ ਮੁਨਾਫਕਤ ਕਰਨ ਲਈ ਹੈ ਘੇਰਾ ਪਾ ਘੇਰਾ ਪਾ ਘੇਰਾ ਪਾ ਘੇਰਾ ਪਾ ਚੰਗਾ ਹੁੰਦਾ ਸੀ ਹਾਏ ਸਾਨੂੰ ਉਹਨੇ ਇਕੱਠੇ ਪੈਸੇ ਦੇਣੇ ਉਹ ਰੌਣਕ ਲੱਗਣੀ ਅਸੀਂ ਅਸੀਂ ਮੰਗਾਣੀ ਮਰਨ ਵਾਲਿਆ ਆ ਸਾਡੀਆਂ ਸਾਰੀਆਂ ਖੁਆਇਸ਼ਾਂ ਨੂੰ ਨਾਲ ਲੈ ਕੇ ਆਏ ਏਡਾ ਖੁਸ਼ ਨਾ ਹੋ ਲੱਗਦਾ ਪਿਓ ਮਰ ਗਿਆ ਤੇ ਬੱਚੇ ਰੋਣ ਦੇ ਮਾਰ ਖਾਣ ਦਿਆ ਤੁਹਾਨੂੰ ਖੁਸ਼ ਕਰ ਲਈ ਆ ਜਿੰਨੇ ਵੀ ਇੱਥੇ ਆਏ ਹੋ
ਇਸੇ ਕੰਮ ਦੇ ਪੈਸੇ ਲੈਂਦਾ ਹੋਰ ਇਹ ਦਿਲ ਦਾ ਡਾਕਟਰ ਨਹੀਂ ਸਵੇਰੇ 9 ਵਜੇ ਨੁਹਾਣਾ ਦੇਖ ਲਈ ਰਜਿਸਟਰੀ ਨਾ ਕਰਾ 60-70 ਹਜ਼ਾਰ ਰੁਪਇਆ ਲੱਗਦਾ ਜਦੋਂ ਵੇਚੇਗਾ ਮੈਂ ਬਿਆਨ ਦੇ ਅੱਜ ਬਿਆਨ ਦੇਣੇ ਸਨ ਉਹ ਕੁੱਤੇ ਦਾ ਪੁੱਤਰ ਮਰ ਗਿਆ ਰਿਸ਼ਤੇਦਾਰ ਸੀ ਇਹਨੂੰ ਨਾ ਹੋਰ ਕਈ ਡੇਟ ਬਾਅਦ ਅਸਾਂ ਦਫਨਾ ਆਉਣਾ ਤੇ ਤੁਹਾਨੂੰ ਕੋਈ ਸ਼ੈ ਚਾਹੀਦੀ ਹੈ ਤੇ ਲਾ ਲਈਏ ਇਹਦੇ ਸੂਟ ਸ਼ੂਟ ਲਾ ਦਈਏ ਗਰਦਾਰ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦਾ ਇੱਦਾਂ ਹੀ ਭੱਲੇ ਖੁਆ ਕੱਲ ਤੈਨੂੰ ਮੈਂ ਖੁਆਵਾ ਮੈਂ ਖੁਆ ਆਪਣੀ ਵਾਰੀ ਆਈ ਕੰਜਰ ਮਰ ਗਿਆ ਹੀ ਤੇਰਾ ਬੂਏ ਚੋਰੀ ਕਰ ਲੈਣ ਇੰਨੀ ਮਾਰਨੀ ਸੀ ਪੈਣੀ ਜਿੰਨੀ ਤੁਸੀਂ ਮਾਰਨ ਡਿਆ ਦੇ ਪਿਆਰ ਦੀ ਨਾ ਜਿਹੜੇ ਵਿਚਾਰੇ ਆਏ ਨੇ ਤੁਹਾਡਾ ਮੈਸੇਜ ਪਹੁੰਚ ਗਿਆ ਵਾਲੇਕੁਮ ਸਲਾਮ ਓਕੇ ਹੋ ਗਿਆ ਕਿਸੇ ਪੇ ਮੁੱਛ ਵੀ ਔਰਤ ਦੇ ਬੱਚੇ ਓਕੇ ਹੋ ਗਿਆ ਕਿੱਧਰ ਆਏ ਹੋ ਜੀ ਨਾਲ ਕੌਣ ਹੋ 2 ਫੁੱਟ ਦਾ ਪੈਰ ਕੌਣ ਨਿਕਲ ਦੂਗੀ ਆਇਆ ਕਿੱਥੋਂ ਭਾਈ ਜੀ ਛੱਤੀ ਚੱਕੂ
ਛੱਤੀ ਜਾ ਕਿੱਥੇ? ਆ 35 ਦੇ ਸਾਹਮਣੇ। ਤੇ 35 ਕਿੱਥੇ? 36 ਦੇ ਸਾਹਮਣੇ। ਤੇ 36 ਦੋਵੇਂ ਸਾਹਮਣੇ ਸਾਹਮਣੇ। 35 ਜੀ ਨੂੰ 36 ਚ ਵੜ ਜਾਓ, 36 ਜੀ ਨੂੰ 35 ਚ ਵੜ ਜਾਓ। ਅੱਛਾ, ਜੇ ਨਾ ਸਮਝ ਲੈ ਜਿੱਥੋਂ ਨਿਕਲੇ ਉੱਥੇ ਵੜ ਜਾਓ। ਵੜ ਜਾਓ ਕਿਤੇ ਪੜਵਾਈ ਇਹ ਤੇ ਮੈਂ ਉੱਥੇ ਵੜ ਸਕਣਾ? ਤੂੰ ਵੀ ਚੁੰਝ ਨਿਕਲ ਜਾਵੇ ਨਾ। ਮੈਂ ਵੀ ਗੱਲ ਕਰਾਂ ਆਪਣਾ ਭਾਈ ਸਾਹਿਬ। ਉਹ ਭਾਈ ਸਾਹਿਬ ਕੀ ਚੌਧਰੀਆਂ ਦਾ ਬਾਲ ਆ, ਤੁਸੀਂ ਪਛਾਣਿਆ ਨਹੀਂ ਚੌਧਰੀ ਨੂੰ? ਇਹ ਕਿਹੜਾ ਚੌਧਰੀ ਆ? ਆ ਚੌਧਰੀ ਸਾਰਾ ਖਲੋਤਾ। ਅੱਛਾ ਜੀ, ਆ ਵਿੱਚ ਕੋਈ ਚੌਧਰੀ ਡੱਕੇ ਵੀ ਨੇ? ਉਹਨਾਂ ਡੱਕੇਰਾਂ ਨੂੰ ਛੱਡ ਦੇ ਤੂੰ, ਆਪਣਾ ਆਇਆ ਕਿੱਥੋਂ? ਹਾਂ ਕਿੱਥੋਂ ਆਇਆ? ਜਿੱਥੋਂ ਸਾਰੀ ਦੁਨੀਆ ਆਉਂਦੀ ਹੈ। ਮੈਂ ਵੀ ਉੱਥੇ ਹੀ ਆਇਆ, ਤੁਸੀਂ ਮੈਨੂੰ ਰਸਤੇ 'ਚ ਨਜ਼ਰ ਨਹੀਂ ਆਇਆ ਕਿਤੇ। ਮੇਰਾ ਘਰ ਦੂਰ ਪੈਣ ਡਿਆ, ਤੁਹਾਡਾ ਹੀ ਨੇੜੇ ਪੈਂਦਾ, ਇੱਥੋਂ ਫੜ ਲਿਓ ਜਾ ਕੇ। ਤੁਸੀਂ ਫੈਸਲਾ ਕਰ ਲਓ ਕਿੰਨੇ ਲਿਆ ਕੇ ਦੇਣੀ ਹੈ, ਮੈਂ ਤੇਰੀ ਤੇ ਲੈਣੀ ਹੀ ਨਹੀਂ ਆ। ਚਲੋ ਮੈਂ ਤੇ ਵਿੱਚ ਹੋਇਆ ਜੇ ਕਲੀਅਰ ਤੁਸੀਂ ਦਿਓ ਜੀ। ਤੁਸੀਂ ਜਨਾਬ ਫਿਰ ਅੰਦਰ ਬੈਠੋ, ਤੁਹਾਡਾ ਇੰਤਜ਼ਾਮ ਕਰਨੇ ਆ ਭਾਈ। ਅੰਦਰ ਅੰਦਰ ਕੋਨੀ ਜੇ ਮੈਂ ਬੈਣਾ, ਮੇਰੇ ਦਿਮਾਗ ਨੂੰ ਚੜੀਏ, ਵਿਆਹ ਕਰਾਓ ਮੇਰਾ। ਕਿੱਥੇ ਬਈ? ਕਰਾਓ ਕਰਾਓ ਵਿਆਹ ਕਰਾਓ। ਇਹਦੇ ਨਾਲ ਨਹੀਂ ਕੋਈ ਗੁਜ਼ਾਰਾ ਚੱਲਦਾ। ਕਿਹਦੇ ਨਾਲ? ਇਹਦੇ ਨਾਲ ਨਹੀਂ, ਇਹਦਾ ਤਾਂ ਘਰ ਨਹੀਂ ਚੱਲਦਾ। ਆਪਣਾ ਭਾਈ ਸਾਹਿਬ ਹੁਣ ਚਾਹੁੰਦੇ ਕੀ? ਵਿਆਹ ਕਰਾਓ ਜੀ। ਉਹ ਹੱਲ ਨਹੀਂ ਹੋਣਾ, ਹਲੇ ਦਿਹਾੜੀ ਅੱਧੀ ਕੱਢੋ। ਤੁਸੀਂ ਨਾ ਸ਼ਦਰੇ ਤੋਂ ਅੱਗੇ ਨਹੀਂ ਜਾਣਾ। ਕਿਉਂ? ਡੱਡੂ ਭੁੰਨ ਭੁੰਨ ਖਾਂਡੇ ਰੇ। ਚਵਲੇ ਜਾਣ ਦੀਏ, ਮੈਂ ਜਦੋਂ ਦੀ ਅਫਵਾਹ ਫੈਲੀ ਹੈ ਨਾ, ਮੈਂ ਕੰਮੋ ਕੀ ਵੀ ਨਹੀਂ ਟੱਪਣ ਡਿਆ, ਉਧਰ ਹੀ ਰਗੜ ਜਾਂਦੇ ਨੀ। ਲਿਹਾਜ਼ਾ ਤੁਸੀਂ ਇੱਥੇ ਆਏ ਹੋ ਕੋਈ ਖਾਣਾ ਪੀਣਾ? ਨਹੀਂ। ਹਾਂ, ਇਹ ਬਾਤ ਹੈ। ਮਿਲੋ 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 ਮਿਲੋ। ਤੇ ਤੁਸੀਂ ਆਪ ਮਿਲੋ, ਤੁਸੀਂ ਆਪਣੇ ਵਾਲ ਸਾਹਿਬ ਨੂੰ ਮਿਲਾਉਣ ਡੇ। ਕੱਲਾ ਕੱਲਾ ਮਿਲੋ ਨਾ, ਪਿਓ ਇੱਥੇ ਹੁੰਦਾ, ਤੁਹਾਡਾ ਇੱਥੇ ਹੀ ਹੁੰਦਾ, ਕਿਸੇ ਬੇਮੌਸਮੀ ਔਰਤ ਦੇ ਆ ਬੱਚੇ ਆ। ਅੱਛਾ ਬੈਠੇ ਆਪ, ਕੁਛ ਖਾ ਪੀਏਂਗੇ? ਜੋ ਦਿਲ ਲੈ ਵੋ ਲੈ ਵੋ ਤੁਸੀਂ। ਅੱਛਾ ਜੀ, ਮੈਂ ਕਹਿੰਦਾ ਕੀ ਪੱਕਾ ਵਾਲਾ? ਔਰਤਾਂ ਚ ਕੀ ਪੱਕਾ ਹੈ? ਮਾਵਾਂ ਭੈਣਾਂ ਪੱਕੀਆਂ ਜੀ, ਤੇ ਵੱਡੀ ਭੈਣ ਹਲਕੀ ਜੀ ਫਰਾਈ ਕਰਕੇ ਲੈ ਆਓ। ਇਹ ਵੀ ਦੱਸੋ ਨਾ, ਸ਼ਾਹ ਕੋਟੋਂ ਲਿਆਵਾ? ਉਹ ਖਲੋਇਆ ਕਿਸੇ ਬੇਤੁਕੀ ਔਰਤ ਦੇ ਆ ਬੱਚੇ ਖਲੋਇਆ ਇੱਥੇ ਵਿਆਹ ਕਰਨ? ਤੂੰ ਕਿੱਥੇ ਸੀ? ਇੱਥੇ ਹੀ ਸੀ, ਮੈਂ ਤਾਂ ਤੈਨੂੰ ਲੱਭ ਰਹੀ ਸੀ, ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ। ਪਿੱਛੇ ਮੈਂ ਹੈ ਨਹੀਂ ਸੀ, ਮੈਂ ਹੈ ਇੱਥੇ ਸਾਂ। ਅੱਛਾ, ਤੇ ਇੱਥੇ ਕੀ ਕਰ ਰਹੇ ਆ? ਜਿੱਦ ਕਰ ਰਹੇ ਆ। ਹਾਂ, ਤੇਰੇ ਨਾਲ ਵਿਆਹ ਕਰਨ ਵਾਸਤੇ ਆਇਆ, ਅੰਨੀ ਦੇ ਅੱਗੇ ਡਾਂਗਾ ਮਾਰਨ ਪੁਰੇ ਨੂੰ। ਤੇ ਜਲਦੀ ਕਰ ਲੈ ਸ਼ਾਦੀ ਕਰੀਏ, ਐਡੀ ਛੇਤੀ ਨਹੀਂ ਹੋਣਾ ਗੁਜਰਾਂ ਲਈ। ਹਾਂ, ਇੱਥੇ ਕੋਈ ਦੋ ਤਰ੍ਹਾਂ ਘੰਟੇ ਲੱਗ ਜਾਣੇ ਨੇ, ਇੱਥੇ ਸੁੰਦਰ ਛੱਡ ਗਿਆ ਮੈਨੂੰ।
ਆ ਰਿਹਾ ਹੈ। ਹਾਏ ਕਿਵੇਂ ਪੁੱਜਿਆ ਦੱਸ ਨਹੀਂ ਸਕਦੇ ਤੈਨੂੰ, ਜ਼ਿੰਦਗੀ ਕੱਢਿਆ ਜੀਜੀ ਅੱਜ ਕਲਿਆ ਛੱਡ ਗਿਆ। ਭਾਈ ਜੀ ਇਹ ਇਲਾਕਾ ਬਹੁਤ ਨੀਵਾਂ ਹੈ, ਇੱਥੇ ਉਹ ਸਿਸਟਮ ਨਾਲ ਆਓ ਥੋੜ੍ਹਾ ਜਿਹਾ ਹੋਰ ਥੱਲੇ ਆਓ। ਤਾਂ ਕਿ ਸਾਡਾ ਵੀ ਰੋਣ ਧੋਣ ਚੱਲ ਨਾ ਰਵੇ। ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਤੁਸੀਂ ਮੈਨੂੰ ਪੁੱਛ ਨਹੀਂ ਸਕਦੇ। ਚੱਲ ਰਹਿਣ ਮੈਂ ਇਕੱਲਾ ਨੀ ਆਇਆ, ਨਾਲ ਮੇਰਾ ਪੁੱਤਰ ਵੀ ਆਇਆ। ਫਰੀ ਹਿੱਟ ਵੱਖਰੀ ਕ੍ਰਿਕਟ ਜਿਹੜੀ ਹੈ ਮਾਮਾ,
ਅਗਲਿਆਂ ਨੇ ਆ ਕੇ ਵਕਤ ਪਾਏ ਤੂੰ ਨੋ ਬਾਲ ਨੋ ਬਾਲ ਛੱਡ ਕੇ ਚਲਾ ਡਰ ਗਿਆ ਕੱਲੇ ਛੱਡ ਕੇ ਜ਼ਿੰਦਗੀ ਚ ਕਿਸੇ ਨੂੰ ਕਿਹਾ ਹੋਇਆ ਕਿ ਮੈਂ ਦਰਵਾਜ਼ੇ ਚੋਂ ਲੰਘਣ ਲੱਗਾ ਤੇ ਆਹ ਵੱਜਾ ਮੇਰੇ ਸਿਰ ਚ ਤੂੰ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਕਿਹਾ ਹੋਇਆ ਜਦੋਂ ਮੇਰੇ ਏਡੇ ਏਡੇ ਵਾਲ ਹੁੰਦੇ ਸਨ ਨਾ ਤੈਨੂੰ ਕਿਸੇ ਜ਼ਿੰਦਗੀ ਚ ਕਿਹਾ ਹੋਵੇ ਕਿ ਯਾਰ ਆਪਣੇ ਕੱਪੜੇ ਦੇ ਮੈਂ ਸ਼ਾਦੀ ਤੇ ਜਾਣਾ ਅੱਛਾ ਤੇਰੀਆਂ ਜੂਆਂ ਤੇ ਆਪਸ ਚ ਕਹਿੰਦੀਆਂ ਹੋਣੀਆਂ ਭੈਣਾਂ ਸਾਡੇ ਘਰ ਤੇ ਟੈਲ ਪੱਥਰ ਲੱਗਾ ਨੀ ਜ਼ਿੰਦਗੀ ਚ ਤੁਹਾਡੇ ਘਰ ਕਿਸੇ ਨੇ ਲਾਮਾ ਦਿੱਤਾ ਹੋਵੇ ਤੁਹਾਡਾ ਮੁੰਡਾ ਗਲੀ ਚੋਂ ਲੰਘ ਰਿਹਾ ਕੰਧ ਤੋਂ ਵਿੰਨ ਜ਼ਿੰਦਗੀ ਚ ਤੇਰੀ ਮਾਂ ਨੇ ਮਹੱਲੇ ਚ ਬਾਹਰ ਨਿਕਲ ਕੇ ਕਿਹਾ ਓਏ ਮੇਰੇ ਪੁੱਤਰ ਦਾ ਕੋਈ ਵਾਲ ਡਿੰਗਾ ਨਹੀਂ ਕਰ ਸਕਦਾ ਜ਼ਿੰਦਗੀ ਚ ਤੇਰੀ ਮਾਂ ਨੂੰ ਕਿਸੇ ਨੇ ਕਿਹਾ ਹੋਵੇਗਾ ਵੇਖ ਲਓ ਤੁਹਾਡੇ ਮੁੰਡੇ ਨੇ ਮੇਰਾ ਗਿਰੇਬਾਨ ਪਾੜ ਦਿੱਤਾ ਜ਼ਿੰਦਗੀ ਚ ਤੈਨੂੰ ਕਿਸੇ ਨੇ ਕਿਹਾ ਹੋਇਆ ਕਿ ਮੈਂ ਵਾਲਾਂ ਤੋਂ ਫੜ ਕੇ ਤੈਨੂੰ ਕੰਧ ਚ ਮਾਰਨਾ ਈ ਜ਼ਿੰਦਗੀ ਚ ਤੂੰ ਕਿਸੇ ਨੂੰ ਕਿਹਾ ਹੋਇਆ ਕਿ ਇੱਕ ਵਾਰੀ ਮੈਂ ਹੁਣ ਗੁਜਰਾਂ ਵਾਲੇ ਆਇਆ ਇੱਕ ਵਾਰੀ ਛੋਟੇ ਹੁੰਦੇ ਆਇਆ ਆਇਆ ਮੈਂ ਛੋਟੇ ਹੁੰਦੇ ਆਏ ਸਾਂ ਹਾਂ ਉਂਝ ਵੱਡਾ ਨਹੀਂ ਹੋਇਆ ਕੀ ਹੋਇਆ ਹੁਣ ਕੀ ਹੋਇਆ ਗੰਜੇ ਨੂੰ ਸਮਝਾਓ ਗੰਜੇ ਨੂੰ ਕਿਉਂ ਆਂਦਾ ਤੂੰ ਪਹਿਲਾਂ ਮੇਰੇ ਵਾਲ ਪੁੱਟ ਫਿਰ ਮੈਂ ਤੇਰੇ ਪੁੱਟਾਂਗਾ ਹੁਣ ਹੈ ਹੀ ਨਹੀਂ ਤਾਂ ਪੁੱਟਣਾ ਕਿੱਥੋਂ ਗਏ ਓਏ ਗੱਲ ਸੁਣ ਬੰਦੇ ਦਾ ਪੁੱਤਰ ਬਣ ਜਾ ਮੈਂ ਤੈਨੂੰ ਕਹਿਣ ਡਿਆ ਈ ਤੇ ਬੰਦੇ ਦਾ ਇੱਥੇ ਰਿਸ਼ਤੇਦਾਰੀ ਕੱਢੀ ਹੋਈ ਹੈ ਤੇ ਤਮੀਜ਼ ਨਾਲ ਰਹਿਣਾ ਕੋਈ ਕੱਢੀ ਹੈ ਮੈਨੂੰ ਸਾਰੀ ਸਮਝ ਆ ਗਈ ਹੈ ਤੁਸੀਂ ਕਿਸ ਚੱਕਰ ਦੇ ਵਿੱਚ ਇਸ ਘਰ ਦੇ ਵਿੱਚ ਆਏ ਹੋ ਕਿਹੜੇ ਇਹ ਸਿਰਫ ਫੌਤਗੀ ਦਾ ਚੱਕਰ ਨਹੀਂ ਤੁਹਾਨੂੰ ਲਾਲਚ ਹੈ ਤੁਸੀਂ ਝੂਠੇ ਰਿਸ਼ਤੇਦਾਰ ਹੋ ਓ ਛੱਡ ਯਾਰ ਕੁੱਲ ਮੁਕਰੇ ਨੇ ਨਾ ਡੁੱਟ ਜਾਣਾ ਨਹੀਂ ਇਹਨਾਂ ਕਿੱਥੇ ਜਾਣਾ ਹੈ ਹਾਂ ਅਸੀਂ ਇੱਥੇ ਹੀ ਆ ਵਜਾ ਬਿਲਾ ਵਜਾ ਯਾਰਾ ਧੱਕੇ ਦਾ ਹੀ ਪ੍ਰੋਬਲਮ ਇਹ ਚਾਹਨਾ ਕੀ ਹੈ ਆ ਚੋ ਮੈਂ ਤੇਰੀ ਮਾਂ ਨੂੰ ਗ੍ਰਾਮ ਤੋਂ ਲੈ ਆਇਆ ਚਲੋ ਗ੍ਰਾਮ ਤੋਂ ਲੈ ਰਿਸ਼ਤੇਦਾਰੀ ਕਰਨ ਵਾਸਤੇ ਹਾਂ ਤੇ ਸਾਡੇ ਕੋਲ ਕਰਵਾਓ ਰਿਸ਼ਤੇਦਾਰੀ ਹਾਂ ਉਹ ਜਿਨ੍ਹਾਂ ਦੇ ਨਾਲ ਹੈ ਸੀ ਨਾ ਉਹ ਵੀ ਮਰ ਗਏ ਨੇ ਤੇ ਤੁਸੀਂ ਵੀ ਮਰ ਜਾਓ ਤੁਹਾਡੀ ਮਿਹਰਬਾਨੀ ਅਸੀਂ ਰਿਸਕ ਨਹੀਂ ਲੈ ਸਕਦੇ ਮੈਂ ਕਿਹਾ ਤੁਹਾਨੂੰ ਰੁਪਈਆ 20,000 ਦਈਏ ਤੇ ਤੁਹਾਡੀ ਵਾਪਸੀ ਹੋ ਸਕਦੀ ਹੈ ਜਿੱਦਾਂ ਤੁਹਾਡਾ ਮੂੰਹ ਹੈ ਨਾ ਤੁਸੀਂ ਤੇ ਅੰਬ ਚੁੱਪ ਲੱਗੇ ਅੰਬ ਦੀ ਭੈਣ ਕੱਢ ਲੈਂਦੇ ਹੋ ਗਏ ਤੇ ਨਾ ਚੁੱਪਾ ਤੇ ਮੈਂ ਤੁਹਾਡੀ ਵੀ ਕੱਢ ਲੈਣੀ ਹੈ ਤੂੰ ਸਾਡੀ ਕੱਢ ਨਹੀਂ ਸਕਦਾ ਕਿਉਂ ਭੈਣ ਹੈ ਹੀ ਨਹੀਂ ਮੈਂ ਪੰਜ ਭਰਾ ਸਾ ਤੇ ਜਦੋਂ ਖੁਸਰਾ ਨਿਕਲਿਆ ਫਿਰ ਵੇਚ ਕੇ ਆਟੇ ਦਾ ਤੋੜਾ ਲੈ ਲਿਆ ਆਟੇ ਦਾ ਤੋੜਾ ਹੀ ਕੱਢ ਲੈਣਾ ਜੀ ਮੈਂ ਤੁਹਾਨੂੰ ਦੱਸਦੇ ਹਾਂ ਨਾ ਰੋਟੀਆਂ ਪਕਣਗੀਆਂ ਭੁੱਖੇ ਮਰੋਗੇ ਆ ਚੰਗੀ ਆ ਸਟੱਪਣੀ ਦੇ ਹੈ ਹੈ ਬੜੀ ਜ਼ਾਕੇ ਵਾਲੀ ਆ ਹੈ ਨਹੀਂ ਨਹੀਂ ਉਹ ਵਿਚਾਰੇ ਨੂੰ ਇਹ ਗੱਲ ਕਰ ਕੁੱਤੇ ਦੇ ਹੱਥ ਤੋਂ ਬਾਹਰ ਜ਼ਾਕੇ ਵਾਲੀ ਆ ਮੇਰੇ ਚੋਂ ਕੋਈ ਸਟਾਪ ਨਹੀਂ ਦਾ ਜ਼ਾਕਾ ਹੁੰਦਾ ਤੈਨੂੰ ਅੱਗੇ ਉਹਨੂੰ ਵਿਚਾਰੇ ਨੂੰ ਮੁਸੀਬਤ ਪਈ ਹੁੰਦੀ ਆ ਹਰ ਬੰਦਾ ਹੀ ਉਹਨੂੰ ਗੱਲਾਂ ਕਰਦਾ ਹੈ ਈਦ ਕਿਸੇ ਨੂੰ ਮਿਲੇ ਲੋਕੀ ਸਮਝਦੇ ਨੇ ਗੰਦੇ ਕੰਮ ਕਰਨ ਦੇ
ਸਾਰੇ ਉਹਨਾਂ ਨੂੰ ਰਹੇ ਹੋ ਸਿਰਫ ਉਹਦੀ ਭੈਣ ਨੇ ਹੁਣੇ ਇੱਥੇ ਨੱਚਣਾ ਹੈ ਇਹੀ ਭੈਣ ਨੂੰ ਵੀ ਇੱਥੇ ਹੀ ਨੱਚਣਾ ਹੈ ਅੱਲਾ ਮਾ
ਗੇੜੀਏ ਪਾਣੀ ਤੇ ਨੀ ਕੱਢਦਾ ਕੀ ਕਰਦਾ ਹੈ ਮਾਮਾ ਭੈਣਾਂ ਦੀਆਂ ਗਾਲਾਂ ਕੱਢਦਾ ਹੀ ਤਾਂ ਤੁਸੀਂ ਪੈਂਦੇ ਹੋ ਤੁਹਾਨੂੰ ਹੀ ਪੈਂਦੀਆਂ ਹੁਣ ਅਸੀਂ ਤਾਂ ਨਲਕਾ ਰੱਖ ਦੱਸ ਸਾਨੂੰ ਸਾਡਾ ਘਰ ਕਿੱਥੇ ਸਾਡਾ ਘਰ ਸਮੁੰਦਰ ਦੇ ਵਿੱਚ ਝੂਠ ਬੋਲਿਆ ਘਰ ਦੇ ਵਿੱਚ ਸਮੁੰਦਰ ਹੈ ਮੇਰੇ ਦਾਦੇ ਕੋਲ ਇੱਕ ਡਾਂਗ ਹੈ ਕਰਕੇ ਜ਼ਮੀਨ ਤੇ ਬਹਿ ਕੇ ਫੇਰਦਾ ਤੇ ਸਮਾਨ ਤੋਂ ਬਦਲ ਵਸਦਾ ਹਾਂਜੀ ਓਏ ਬਦਲਾ ਤੇ ਫੇਰਦਾ ਤੇ ਡਾਂਗ ਏਡੀ ਰੱਖਦਾ ਕਿੱਥੇ ਤੇਰੀ ਮਾਂ ਦੇ ਥੜੇ ਤੇ ਹਾਂਜੀ ਫਿਰ ਥੜਾ ਵੱਡਾ ਹੋਇਆ ਨਾ ਥੜਾ ਵੱਡਾ ਹੋਇਆ ਬੰਦਾ ਬਵੇ ਥੱਲੋਂ ਇੰਨੇ ਨੀ ਕਰਦਾ ਇਹਦਾ ਮਤਲਬ ਬੱਚੀਆਂ ਤੁਸੀਂ ਸੋਫਿਆਂ ਦੇ ਵਿਆਹੀਆਂ ਬੰਦਿਆਂ ਦੀ ਲੋੜ ਹੀ ਨੀ ਪਈ ਹੈ ਅਮਰੀਕਾ ਉਥੋਂ ਲੈ ਆਏ ਨੇ ਤੁਸੀਂ ਅਫਸੋਸ ਕਰਨ ਆਏ ਹੋ ਵਿਆਹ ਅਫਸੋਸ ਵੀ ਕਰਨਾ ਬਾਅਦ ਵਿੱਚ ਸ਼ਾਦੀ ਵੀ ਕਰਨੀ ਚਲੋ ਅੰਦਰ ਬੈਠੋ ਮਿਕਸ ਹੋ ਜਾ ਮਿਲਾ ਕੇ ਅੰਦਰ ਬੈਠੋ ਅਮਰੀਕਾ ਦੀ ਅਮਰੀਕਾ ਭਾਈ ਜੀ ਇੰਨੀਆਂ ਨਿਕਰਾ ਹੈ ਛੋਟਾ ਲੇਕਿਨ ਹੈ ਬਗੈਰ ਕਿਆ ਬਾਤ ਭਾਰਤ ਮੁਲਕ ਭਾਰਤ ਮੁਲਕ ਬੱਚੀ ਵੇਖੀ ਤੂੰ ਬੱਚੀ ਮੈਂ ਵੇਖੀ ਤਸਵੀਰਾਂ ਵੇਖੀਆਂ ਤਸਵੀਰਾਂ ਐਡੇ ਐਡੇ ਡੌਲੇ ਹੋਰ ਸੁਣਾ ਠੀਕ ਹੈ ਇਹਦੇ ਕਾਰਨ ਆਈ ਸੁਣਤਾ ਕਰਨ ਆਇਆ ਉਹਨੂੰ ਕਹਿੰਦਾ ਖਲ ਮੈਨੂੰ ਦੇਣੀ ਆ ਬੱਚੀ ਲੈ ਕੇ ਜਾਣੀ ਹੈ ਗੱਲ ਕਰਨ ਵਾਲੀ ਕਿਹੜਾ ਅਫਸੋਸ ਛੇੜਿਆ ਇਹਨਾਂ ਨੇ ਇਹ ਕਿਹੜਾ ਅਫਸੋਸ ਹੈ ਮੈਨੂੰ ਤਾਂ ਸਮਝ ਨਹੀਂ ਆਉਂਦਾ ਇੱਥੇ ਅਫਸੋਸ ਵਾਲੇ ਆਉਂਦੇ ਨੇ ਰਿਸ਼ਤੇ ਵਾਲੇ ਆਉਂਦੇ ਨੇ ਮੈਨੂੰ ਆਪ ਸਮਝ ਨਹੀਂ ਆਉਂਦੀ ਰਿਸ਼ਤੇਦਾਰੀ ਉਹ ਤੂੰ ਰਿਸ਼ਤੇਦਾਰ ਰੱਖਿਆ ਕਿ ਪਿੱਛੋਂ ਸਫ਼ਰ ਚ ਕੋਈ ਸ਼ਾਇ ਆੜੀ ਸੀ ਜਿਹੜੀ ਇੱਥੇ ਕੱਢੀ ਨਹੀਂ ਨਹੀਂ ਅਸਲ ਵਿੱਚ ਨਾ ਅੱਛਾ ਤੁਸੀਂ ਓਨੀ ਦੇਰ ਗੱਲਾਂ ਕਰੋ ਮੈਂ ਲੈ ਲਿਆ ਘਾਹ ਵੱਢ ਲਿਆ ਉਹ ਘਾਹ ਵੱਢ ਲੈਣਾ ਮੈਂ ਵੀ ਤੈਨੂੰ 50 ਰੁਪਈਏ ਦੇਣਾ ਤੇ ਚਾਰ ਕੁ ਧੁੰਦਾ ਪੈਣੀਆਂ ਫਿਰ ਧੁੱਪਾਂ ਲੱਗਣੀਆਂ ਫਿਰ ਇਹਦੀਆਂ ਖੁੱਲਣੀਆਂ ਵੇਖਿਆ ਤੂੰ ਐਵੇਂ ਇੰਨਾ ਇੰਤਜ਼ਾਰ ਕਰਨਾ ਆਰਡਰ ਲੈ ਅੱਜ ਹੀ ਖੋਲ ਦਿੰਦੇ ਹਾਂ ਤੂੰ ਰਹਿਣ ਦੇ ਆਪਣਾ ਬੜੇ ਪਿਆਰੇ ਲੱਗ ਰਹੇ ਹੋ ਦੀਦੀ ਜੀ ਉਹ ਸਾਡੇ ਘਰ ਆ ਖੁਸ਼ੀਆਂ ਆ ਗਈਆਂ ਬੀਬੀ ਜੀ ਬੀਬੀ ਤੂੰ ਵੇਖੀ ਸੇਰੀ ਨਾ ਪਾੜ ਦੇਈ ਬੀਬੀ ਜੀ ਓਏ ਨਿੱਕੂ ਅੱਲਾ ਦਾ ਸ਼ੁਕਰ ਹੈ ਤੇਰੀ ਕਿੰਗ ਨਹੀਂ ਨਹੀਂ ਤੇ ਤੇਰੇ 3 ਸਿਰ ਲੱਗਣੇ ਸਨ ਤੁਹਾਡੀ ਭੈਣ ਨੂੰ ਇਹਦੇ ਵਿੱਚੋਂ ਤਾਂ ਕਲੀਅਰ ਸੌਦੇ ਨਜ਼ਰ ਆਉਂਦੇ ਨੇ ਕੀ ਮਤਲਬ ਇਹਦੇ ਵਿੱਚੋਂ ਭਾਈ ਜੀ ਵਾਜ਼ਿਆ ਚੀਜ਼ਾਂ ਨਜ਼ਰ ਆਉਂਦੀਆਂ
ਬਾਹਰੋਂ ਆਈ ਆ, ਬਾਹਰੋਂ ਬਾਹਰੋਂ ਆਈ ਆ। ਕੀ ਮਤਲਬ? ਔਰ ਕੁੱਤੇ ਦੇ ਆ ਪੁੱਤਰਾ, ਕਦੀ ਇਮਾਮ ਤੇ ਵੀ ਜਾਇਆ ਕਰ। ਇਹਦੇ ਤੋਂ ਸਾਰਾ ਨਜ਼ਰ ਆਉਂਦਾ। ਤੈਨੂੰ ਮੈਂ ਦੱਸ ਨਹੀਂ ਦਿੱਤਾ ਕੀ ਨਜ਼ਰ ਆਉਂਦਾ? ਖੋਤੀ ਦੀਆਂ ਬੱਚਿਆ, ਤੂੰ ਇੱਥੇ ਮੈਂ ਕਿ ਉੱਥੇ ਵੇ? ਮੈਨੂੰ ਤਾਂ ਦੋਵੇਂ ਇੱਕੋ ਜਿਹੇ ਲੱਗਣ ਦੇ। ਲਾ 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 ਜੀ ਬੀਬੀ ਜੀ 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 ਬੀਬੀ ਜੀ ਹੈਲੋ। ਐ ਤੁਸੀਂ ਰੱਖੋ। ਹੈਲੋ, ਕੁਛ ਨਹੀਂ ਪਾਣਾ ਇਹਨੇ, ਤਾਂ ਕੁਝ ਨਹੀਂ ਪਾਈਦਾ। ਸਾਨੂੰ ਆਰਡਰ ਲਾ, ਤੁਹਾਨੂੰ ਅਸੀਂ ਪਾ ਦਿਆਂਗੇ। ਮੇਰਾ ਟਰਾਊਜ਼ਰ ਪਾ ਲਿਆ ਜੀ, ਸਲੀਵਲੈਸ ਨਿਕਰ ਬਣ ਜੇਗੀ ਅੰਦਰ ਜਾ ਰਹੀ ਹਾਂ। ਅੱਛਾ ਬੀਬੀ,
ਪੂਰਾ ਖਲਾਰਾ ਹੀ ਭਾਈ ਬਾਹਰ ਆਓ ਭਾਈ ਬਬਰਾ ਪੀ ਸੀਗਾ ਬਬਰਾ ਸਿਰਫ ਅਫਸੋਸ ਕਰਨਾ ਰਿਸ਼ਤੇ ਦੀ ਗੱਲ ਨੀ ਕਰਨੀ ਕੋਈ ਲੋੜ ਹੀ ਬਹੁਤ ਦੁਖੀ ਨੇ ਇਸ ਟਾਈਮ ਤੇ ਕੋਈ ਗੱਲ ਹੀ ਕੋਈ ਨਹੀਂ ਕੀ ਦੱਸਾਂ ਧੀਏ ਤੇਰੇ ਮੇਰੇ ਪਿਓ ਦਾ ਇੰਜ ਤਲਕ ਸੀ ਉਹ ਸਾਲਿਆ ਇਹਨੂੰ ਕੁੱਤੀ ਕੁੱਤੇ ਦਾ ਹੁੰਦਾ ਦੱਸ ਇੰਜ ਨੀ ਹੁੰਦਾ ਤੈਨੂੰ ਪਤਾ ਭਾਈ ਤੇਰੀ ਬਰਾਦਰੀ ਆਪਣਾ ਬੀਬੀ ਜੀ ਇਹ ਤੁਹਾਡੇ ਰਿਸ਼ਤੇਦਾਰ ਜੇ ਸ਼ਕਲਾਂ ਵੇਖ ਲਓ ਮੈਂ ਤਾਂ ਸਮਝੋ ਤੁਸੀਂ ਮੰਗਣ ਵਾਲੇ ਇਹ ਬੜੇ ਅਮੀਰ ਜੇ ਚਾਚੇ ਦਾ ਮਲਕ ਰਿਆਜ਼ ਨਾਲ ਪਾਰਟਨਰਸ਼ਿਪ ਦੇ ਮਲਕ ਰਿਆਜ਼ ਮੈਂ ਕਿਹਾ ਧੀਏ ਮੈਂ ਤੈਨੂੰ ਦੱਸਦਾ ਵਾ ਇਹ ਮੇਰਾ ਪੁੱਤਰ ਪੁੱਤਰ ਇਹਦੀ ਕੁੜੀ ਨਾਲ ਜਾ ਕੇ ਹਮਦਰਦੀ ਕਰਨੀ ਹੈ ਇਹਦੇ ਅੱਗੇ ਪਿੱਛੇ ਕੋਈ ਨਹੀਂ ਜਾ ਕੇ ਇੰਨੀ ਕੁ ਹਮਦਰਦੀ ਕਰਨੀ ਹੈ ਅਫਸੋਸ ਕਰਨਾ ਇਹਦੇ ਨਾਲ ਇਹਨੂੰ ਲੱਗੇ ਕਿ ਸੀਰੀਅਸ ਲੈ ਕੇ ਇਹਦੇ ਨਾਲ ਪੂਰਾ ਦੱਬਰ ਜੇ ਬਣ ਕੇ ਬਾਬੂ ਮੇਰੇ ਕੋਲ ਅਫਸੋਸ ਹੋਣਾ ਨੀ ਕਵਰ ਕਰ ਕਵਰ ਕਰ ਤੂੰ ਚਾਰ ਦਿਨ ਫੇਰ ਤੁਰ ਲੈ ਫੇਰ ਮੇਰੀ ਗੱਲ
ਗੱਲ ਸੁਣ। ਕੱਲਾ ਨਹੀਂ ਆਇਆ, ਮੇਰਾ ਸਾਲਾ ਵੀ ਆਇਆ ਹੈ। ਸਿਰਫ ਅਫਸੋਸ ਕਰਨਾ, ਰਿਸ਼ਤੇ ਦੀ ਗੱਲ ਨਹੀਂ ਕਰਨੀ। ਇਹ ਉਹਦੀ ਬੱਚੀ ਹੈ? ਹਾਂ, ਦੁਖੀ ਹੈ। ਦੁਖੀ? ਅੱਛਾ, ਠੀਕ। ਹਾਂ, ਦੁੱਖ ਵਡਾਲਾ। ਇਹਦੇ ਨਾਲ ਅਫਸੋਸ ਨਹੀਂ ਬਣਨਾ, ਇਹਦੇ ਨਾਲ ਮੂਡ ਹੀ ਬਣਨਾ ਹੀ। ਮੈਂ ਉਹਦਾ ਅਫਸੋਸ ਤਾਂ ਵੇਖ ਫੈਲਿਆ ਪਿਆ। ਮੈਨੂੰ ਪਤਾ ਚੱਲਾ ਹੈ ਕਿ ਇਹਨਾਂ ਨੇ ਮੈਨੂੰ ਦੱਸਿਆ ਹੈ ਕਿ ਆਪਕਾ ਜੋ ਪਿਓ ਹੈ ਵੋ ਡਿਲੀਟ ਹੋ ਗਿਆ ਹੈ। ਬਸ ਕੋਈ ਪਤਾ ਚੱਲਦਾ ਹੈ ਜੀ ਕਿ ਚੀਜ਼ ਕੋ ਅਕਸਰ ਬੰਦੇ ਸੈਂਡ ਕਰਤੇ ਹੈ ਤੋ ਵੋ ਡਿਲੀਟ ਹੋ ਜਾਂਦੀ ਹੈ ਜੀ। ਆਪਕਾ ਪਿਓ ਕੀ ਮਰਿਆ ਜੀ? ਮਰ ਤਾਂ ਸਾਡਾ ਹੀ ਗਿਆ ਨਾ, ਤੇ ਆਪਣਾ ਜ਼ਿੰਦਗੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਇੱਥੇ ਕਿਸੇ ਕਹਿ ਰਹੇ ਹਨ ਜੀ। ਅਫਸੋਸ, ਅਫਸੋਸ ਕਰ ਰਿਹਾ, ਕਰ ਰਿਹਾ, ਕਰ ਰਿਹਾ। ਤੇ ਦੇਖੋ, ਮਾਂ ਪਿਓ ਤੁਹਾਡਾ ਹੈ ਕੋਈ ਨਾ, ਤੁਸੀਂ ਇਕੱਲੇ ਰਹਿ ਗਏ ਹੋ ਹੁਣ, ਤੁਹਾਡੇ ਨਾ ਕੋਈ ਅੱਗੇ ਪਿੱਛੇ ਤੇ ਬਹੁਤ ਕੁਛ ਹੈ ਤੁਹਾਡੇ, ਲੇਕਿਨ ਇਹ ਵੇਖ ਇਕੱਲੇ ਜ਼ਿੰਦਗੀ ਤਾਂ ਨਹੀਂ ਨਾ ਗੁਜ਼ਾਰ ਸਕਦਾ ਬੰਦਾ। ਅਫਸੋਸ, 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 ਤੈਨੂੰ ਮੈਂ ਪੜ੍ਹ ਕੇ ਕਰ ਲਵਾਂ ਅਫਸੋਸ ਹੈ। ਚਲੋ ਜੀ, ਅਫਸੋਸ ਹੀ ਹੋ ਰਹੀ ਹੈ। ਇਕੱਲਿਆਂ ਤੁਸੀਂ ਜ਼ਿੰਦਗੀ ਹੁਣ ਗੁਜ਼ਾਰਨੀ ਹੈ, ਬਸ ਜੋ ਅੱਲਾ ਨੂੰ ਆਵੇ ਜੀ। ਦੁਨੀਆ ਤੈਨੂੰ ਪਤਾ ਹੀ ਹੈ, ਹਰ ਬੰਦੇ ਜਾਣਾ ਹੈ, ਪਤਾ ਨਹੀਂ ਤੂੰ ਕਦੋਂ ਜਾਣਾ ਮੈਨੂੰ, ਹਰ ਬੰਦੇ ਜਾਣਾ ਹੈ। ਸੋਹਣਿਆ, ਦੁਨੀਆ ਫਾਨੀ ਹੈ, ਦੁਨੀਆ ਫਾਨੀ ਹੈ। ਬੜੀ ਆਲਾ ਜਨਾਨੀ ਹੈ, ਰਿਸ਼ਤੇਦਾਰ ਜੇ ਤੁਹਾਡੇ। ਇਹ ਸੁਹੇਲ ਸਾਹਿਬ ਨੇ ਨਵਾਂ ਕੱਟਾ ਲਿਆ, ਉਹ ਚੰਦਰਾ ਪਿਆ ਤੇ ਗੰਜਾ ਹੋ ਗਿਆ। ਤੁਹਾਡਾ ਕੋਈ ਮਿਸਤਰੀ ਵਾਕਫ ਹੈ? ਕਿਉਂ ਆ ਪੈ ਲੈ ਕੇ ਨਾ ਥੋੜਾ ਧੁਆ ਦਿਓ। ਕਿਉਂ ਜੀ, ਤੁਹਾਨੂੰ ਕੀ ਤਕਲੀਫ ਹੈ? ਮੇਰਾ ਦਿਲ ਕਰਦਾ ਕਿ ਮੈਂ ਨਾ ਉੱਤੇ ਆਪਣਾ ਬਰਫ਼ ਦਾ ਬਲਾਕ ਰੱਖ ਦਿਆਂ। ਅੱਛਾ, ਜਿਹੜੀ ਚੁੰਨੀ ਲੈ ਕੇ ਤੁਹਾਨੂੰ ਤੁਰ ਢਕਾਉਣ ਡਈ ਹੈ, ਇਸ ਬਿਮਾਰੀ ਦਾ ਇਲਾਜ ਮੇਰੇ ਕੋਲ ਹੈ ਜੀ। ਜੀ ਜੀ, ਲੋਕ ਤੁਹਾਨੂੰ ਵਾਸ਼ਿੰਗ ਵਾਸ਼ਿੰਗ ਵੀ ਨਹੀਂ ਕਹਿਣਗੇ। ਤੁਸੀਂ ਇਹ ਨਹੀਂ ਕਰਨਾ, ਆਪਣੇ ਨਾ ਬਨੇਰਿਆਂ ਤੋਂ ਥੋੜ੍ਹੀ ਥੋੜ੍ਹੀ ਨਾ ਚੀਨੀ ਖਿਲਾ ਲਓ। ਚੋਰ ਖਿੱਦੂ ਵਾਸ਼ਲ ਮੋਰੀ ਕੀ ਹੈ? ਛੱਪੜੀ ਦੇ ਵਿੱਚ ਪਾਣੀ ਨਾ ਹੋਵੇ ਤੇ ਤੇਰੇ ਵਰਗੇ ਡੱਡੂ ਦੀ ਭੈਣ ਨਿਕਲੀ ਹੁੰਦੀ। ਐਵੇਂ ਕੋਈ ਤਾਂ ਪਾਣੀ ਨਹੀਂ ਮਿਲਿਆ, ਇਹਨੇ ਤੁਹਾਡੀ ਕਾਸੀ ਕੱਢੀ ਹੈ। ਗੱਲ ਸੁਣੋ, ਇਹ ਕੌਣ ਨੇ? ਬੀਬੀ ਜੀ ਨੇ। ਬੀਬੀ ਜੀ, ਉਹ ਗੱਲਾਂ 'ਚ ਲੱਗੇ ਨੇ, ਕੋਈ ਚੀਜ਼ ਭਾਰੀ ਲੱਗਦੀ ਹੈ ਤੇ ਮੈਨੂੰ ਫੜਾ ਦੇ। ਜਿਹੜੀ ਮੇਰੇ ਕੋਲ ਹੈ ਉਹ ਮੈਂ ਨਾ ਤੈਨੂੰ ਫੜਾ ਦਿਆ। ਕੀ ਹੋਇਆ ਜੀ? ਬਿਹਤਰੀਨ, ਗੁੱਡ, ਮੈਂ ਤੁਹਾਡੇ ਤੇ ਬੜਾ ਖੁਸ਼ ਹਾਂ। ਕਿਉਂ? ਤੁਸੀਂ ਸਮਾਨ ਰੱਖ ਲਿਆ। ਇਹ ਗੱਲ ਅਮਰੀਕਾ ਤੋਂ ਆਈ? ਇਹ ਰਾਈਵਨ ਚਲੇ ਹੋ? ਨਹੀਂ। ਕਿਉਂ? ਤੇ ਆ ਬਿਸਤਰਾ ਕਿਉਂ ਬੰਨੇ? ਓਏ ਚਲ ਬਾਹਰ, ਚੱਲ ਲੈ ਕੱਢ ਜਾਨੂੰ। ਅਲੇ ਕਿਨੂੰ ਕੱਢ? ਤੈਨੂੰ ਕੱਢ ਲਿਆ। ਕੱਢਦਾ ਆ ਜਾ ਕੱਢ। ਕੀ ਹੁੰਦਾ? ਕੋ ਕੀ ਹੁੰਦਾ? ਇਹ ਬੀਬੀ ਜੀ ਨੇ। ਅੱਛਾ, ਹਾਂ ਸਾਰੇ ਇੱਕ ਅੱਧੀ ਬੋਤਲ ਵਿੱਚ ਹੁੰਦੀ ਤਾਂ ਲੰਘਦੇ ਹੀ ਸੀਗਾ। ਬੜਾ ਅਫਸੋਸ ਹੈ। ਸਾਨੂੰ ਬੜੀ ਖੁਸ਼ੀ ਹੋਈ। ਤੁਹਾਨੂੰ ਕਦੋਂ ਅਫਸੋਸ ਹੋਇਆ ਜੀ? ਇਹ ਮੇਰੇ ਤੋਂ ਜ਼ਿਆਦਾ ਕਿਹਨੂੰ ਅਫਸੋਸ ਹੋ ਸਕਦਾ ਹੈ? ਕਿਉਂ ਨਹੀਂ, ਤੁਸੀਂ ਉਹਨਾਂ ਦੀ ਅੰਮੀ ਹੋ। ਇਹ ਤੁਸੀਂ ਅਫਸੋਸ ਤੇ ਆਏ ਜੀ? ਇਹ ਸੁਰਖੀ ਪਾਊਡਰ ਮਲ ਕੇ ਇਸ ਉਮਰ ਚ ਵੀ ਤੁਹਾਨੂੰ ਤਰੋਟਕ ਹੋਣ ਦੇ ਹੈ? ਬੇਟੇ, ਜੇ ਉਹਨੇ ਸੁਰਖੀ ਪਾਊਡਰ ਨਾ ਲਾਇਆ ਹੁੰਦਾ ਤੇ ਉਹਨੂੰ ਆ ਚੀਕਾਂ ਮਾਰ ਕੇ ਦੌੜ ਜਾਣਾ ਸੀ। ਹੈ ਜੀ, ਮੇਰੀ ਗੱਲ ਸੁਣੋ। ਇਸ ਲਈ ਕਿ ਮੇਰੇ ਤੋਂ ਜ਼ਿਆਦਾ ਅਫਸੋਸ ਕਿਹਨੂੰ ਹੋ ਸਕਦਾ, ਕਿਉਂਕਿ ਮੈਂ ਪਹਿਲੇ ਇਹਦੇ ਨਾਲ ਸ਼ਾਦੀ ਹੋਈ। ਉਹ ਬਜ਼ੁਰਗੋ, ਕਿਹੜਾ ਕਿਹੜਾ ਫੀਸ ਢੇੜ ਗਏ ਹੋ? ਆ ਮਾਈ ਦਾ ਕੀ ਹਾਲ ਕੀਤਾ ਇਹ? ਉਹਦਾ ਮੂੰਹ ਹੀ ਇੰਜ ਹੋ ਗਿਆ ਜਿਵੇਂ ਦੇਚਕੀ ਨੂੰ ਠੁੱਡੇ ਵੱਜੇ।
ਆਉਂਦੇ ਪੱਲੇ ਛੱਡੇ ਆ ਕੀ ਤੇ ਘਰੋਂ ਕਹਿੰਦੇ ਸਨ ਮੈਂ ਦਾਤਾ ਸਾਹਿਬ ਚੱਲਾ ਹਾਂ ਤੇ ਦੱਸੋ ਕਿੱਧਰ ਲੱਗੇ ਸਨ ਹੈ ਕਹਿੰਦੇ ਮੇਰੀ ਗੱਲ ਸੁਣੋ ਬਕਵਾਸ ਨਾ ਕਰੋ ਨਾਲ ਮੇਰੀ ਧੀ ਵੀ ਆਈ ਹੈ ਧੀ ਤੇਰੀ ਨਾਲ ਆਈ ਹੈ ਹਾਂਜੀ ਤੁਹਾਡੀ ਉਹਨੂੰ ਬੁਲਾਓ ਕਿੱਥੇ ਹੀ ਹੈ ਉਹ ਕਿੱਥੇ ਵੇਖੋ ਤੇ ਸਹੀ ਮਾਈ ਦੇ ਸਟਾਈਲ ਤੇ ਦੇਖੋ ਭਾਈ ਜੀ ਬਾਬਾ ਨੰਗੀਆਂ ਕਰਕੇ ਭਾਈ ਜੀ ਬਾਬਾ ਜਵਾਨੀ ਆਈ ਤੇਰੇ ਤੇ ਗਈ ਕਿਵੇਂ ਸੀ ਦੋਸਤ ਆ ਰਹੇ ਨੇ ਅਫਸੋਸ ਕਰਨ ਦੋਸਤ ਆ ਰਹੇ ਨੇ
अच्छा यार ठीक है दूध कर दे यार तू काबला पुवाला ही बंद हो जा अस्सलाम वालेकुम की हाल है इधर जी मेरे अबू ने किया इतनी शादी करके पुत्र आना है नहीं आना कोई शादी का सिलसिला जाए ये शादी करानी है मैं इस कार वो भी मेरा बुला दे अच्छा जी बड़े हो गए अफसोस तो होन गई है रिश्ते दिया गल्ला ओके आ ते और मुंडा मैं तैयार करके ले आया हूं अपना ओ महीना नंद ते ले दे ओ सालमो केड़ा महीना मैं ले आऊंगा चल उधर मैं शादी कर ची दे दे भाई जी हम बड़ा अफसोस हो गया हूं सबर नहीं हो सकता थोड़ी बड़ी मेहरबानी की बड़ी है भाई जी कौन भाई जी जबान निकली अंदर खीर पक्की जे दरवाजा खोलता समझा अंदर खजाना उड़े बाहर आ गई तू व्याह करा ला मेरे तेरे एग्जाम हो रहे ने ਘੇਰਾ ਪਾ ਲਿਆ ਜਿਵੇਂ ਰਕਸ਼ਾ ਬੰਦ ਨੇ ਕੁਝ ਨੂੰ
ਚੁੜੇਲਾ ਨੂੰ ਕਿਹੜਾ ਥਾਣੇ ਦਾ ਪਤਾ English. Yes, I know English. I know English. Okay. Would you,
Would you like the pregnancy? Excuse me, how dare you have pregnancy like that? Pregnancy? Pregnancy ਤਾਂ ਨਹੀਂ ਪਤਾ ਸਾਹ ਜੋ ਤੇਰੀ ਮਾਂ ਦਾ ਬੇਟਾ ਗਾ ਸੀ ਉਹ ਪ੍ਰੈ ਨਾ ਵਾ ਨਾ ਵਾ ਐਸ ਪਾਰ ਦਾ ਸਿੰਘ ਮਹਾਨ ਆ ਯਾ 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 ਪਲੰਠੀ ਦੀ ਖੋਤੀ ਦਾ ਬੱਚਾ ਅੱਛਾ ਜੀ ਆਪ ਅਫਸੋਸ ਕਰਨੇ ਆਏ ਹਾਂ ਯਹਾਂ ਪੇ ਅਫਸੋਸ ਵੀ ਕਰਨਾ ਤੇ ਸ਼ਾਦੀ ਵੀ ਕਰਨੀ ਹੈ ਓਏ ਕੌਡੂ ਵੈਸੇ ਕਿੰਨਾ ਮਜ਼ਾ ਆਇਆ ਜਦੋਂ ਬੰਦਾ ਅਫਸੋਸ ਵੀ ਨਾਲ ਨਾਲ ਸੁਹਾਗਰਾਤ ਵੀ ਮਨਾ ਰਿਹਾ ਹੋਵੇ ਓਕੇ ਬੜਾ ਅਫਸੋਸ ਹੋਇਆ ਯਾਰ ਬੜਾ ਅਫਸੋਸ ਹੋਇਆ ਕਿ ਤੇ ਉਹ ਆ ਕੁੰਡ ਚੁੱਕ ਕੇ ਚਾਂਦ ਸਾ ਚਿਹਰਾ ਨਹੀਂ ਆ ਫਿੰਨਿਆ ਤੇਰੀਆਂ ਹਰਕਤਾਂ ਹੈ ਨੇ ਕੁੰਡ ਚੁੱਕ ਕੇ ਤੇ ਇਸ ਸਾਲੇ ਦੇ ਫਰੰਟ ਵਾਲੇ ਜਾਲੀ ਦੰਦ ਲੱਗੇ ਨੇ ਆਪਣੀ ਬੁੱਢੀ ਨਾਲ ਕਰ ਰਿਹਾ ਬਾਅਦ ਚ ਉਹਨੂੰ ਕਹਿੰਦਾ ਤੇਰੇ ਮੂੰਹ ਚ ਮੇਰੇ ਦੰਦ ਲੈ ਗਏ ਅੜੀਏ ਬੜਾ ਹਰਾਮਦਾ ਹੈਗਾ ਤੁਸੀਂ ਉਹ ਜਾਣਦੇ ਨਹੀਂ ਉਹ ਜਿੱਥੇ ਦੰਦ ਲੈ ਬੜਾ ਅਜ਼ੀਮ ਆਦਮੀ ਇਹ ਗੱਲ ਕੌਡੂ ਵੱਡਾ ਫਨਕਾਰ ਹੈ ਹੈ ਤੁਸੀਂ ਲੋਕ ਬੜੇ ਖੁਸ਼ ਕਿਸਮਤ ਤੋਂ ਜਿਹੜਾ ਕੌਡੂ ਨੂੰ ਵੇਖਣ ਦੇ ਹੋ ਪਰ ਮੈਂ ਇਹਦੀ ਮਾਂ ਤੇ ਨੂੰ ਜ਼ਾਇਆ ਕਰਾਉਣਾ ਕਿਸ ਦੀ ਦੇਖੋ ਕੋਈ ਅੱਛਾ ਸਾ ਲੜਕਾ ਢੂੰਡੋ ਕਿੱਥੋਂ ਲੈ ਲੈ ਲੜਕਾ ਲਾਹੌਰ ਤੋਂ ਦੇ ਇਸਲਾਮਾਬਾਦ ਤੋਂ ਦੇ ਉਹ ਛੱਡ ਇਸਲਾਮਾਬਾਦ ਨੂੰ ਸਾਲੀਏ ਮੰਮੀ ਡੈਡੀ ਮੁੰਡੇ ਇੱਥੋਂ ਗੁਜਰਨ ਵਾਲਿਆ ਪਸੰਦ ਕਰ ਪੂਰਾ ਪਾਕਿਸਤਾਨ ਫਿਰ ਲੈ ਇਹੋ ਜਿਹਾ ਗੱਭਰੂ ਲੱਭਣਾ ਨਹੀਂ ਤੈਨੂੰ ਆ ਜਿਹੜੇ ਜਿਹੜੇ ਮੁੰਡੇ ਤੋਂ ਲਾਹੌਰ ਵੇਖਿਆ ਨੇ ਨਾ ਓਡੇ ਓਡੇ ਦਿਨਾਂ ਦੇ ਲੜੂ ਲਮਕਣ ਦੇ ਮਿਹਰਬਾਨੀ ਲੜੂ ਕਹਿਣਾ ਅੱਛਾ ਉਹ ਬੜੇ ਵਜੋ ਵੀ ਹੈ ਅੱਛਾ ਇੱਕ ਮਿੰਟ ਠੀਕ ਹੈ ਪਰੇਸ਼ਾਨ ਨਾ ਹੋ ਗੁਜਰਨ ਵਾਲੇ ਤੋਂ ਵੀ ਲੇਕਿਨ ਗੁਜਰਨ ਵਾਲੇ ਤਾਂ ਮੈਂ ਬਾਬਾ ਫਸਾਣਾ ਹੈ ਨਾ ਕਰਿਆ ਨਾ ਕਰੀ ਗੁਜਰਨ ਗੁਜਰਾਂ ਦਾ ਬਾਬਾ ਨਾ ਫਸਾਈ ਇਹ ਬੜੇ ਤੇਜ਼ ਨੇ ਫਸਾ ਕੇ ਸੌ ਜਾਂਦੇ ਨੀ ਥੱਲੇ ਦੇ ਬੱਚੇ ਨੇ ਇਹ ਇੱਥੇ ਮੇਰੇ ਮੁੰਡੇ ਦਾ ਵਿਆਹ ਹੋਵੇਗਾ ਕਾਕੀ ਮੈਂ ਤੈਨੂੰ ਆਪਣਾ ਮੁੰਡਾ ਬੁਲਾਉਣਾ ਓਏ ਮੇਰੇ ਮੁੰਡੇ ਦਾ ਵਿਆਹ ਹੋਣੀ ਇਹਦੇ ਨਾਲ ਮੇਰੇ ਮੁੰਡੇ ਦੀ 5 ਸਾਲ ਦੀ ਗਾਰੰਟੀ ਕਚਰਾ ਆ ਤੂੰ ਹਮਾਰੇ ਵਾਪਸ ਚੱਲ ਜਾ ਵਾ ਅੱਛਾ ਮੁੰਡਾ ਦੇਖਣਾ ਤੁਸੀਂ ਮੁੰਡਾ ਹਾਂਜੀ ਅੱਛਾ ਮੁੰਡਾ ਹੈਂਡਸਮ ਹੋਵੇ ਖੂਬਸੂਰਤ ਹੋਵੇ ਖੂਬਸੂਰਤ ਹੋਏ ਤੇ ਕੋਈ ਕੱਦ ਦੀ ਪ੍ਰੋਬਲਮ ਤੇ ਨਹੀਂ ਨਾ ਅਮੀਰ ਹੋਣਾ ਪੈਸੇ ਦੇ ਮੈਂ ਨਹੀਂ ਵਿਆਹ ਕਰਾਉਣਾ ਉਹ ਕਿਉਂ ਪੁੱਤ ਇੱਥੇ ਜਿਨ੍ਹਾਂ ਨੇ ਕੰਮ ਹੀ ਸਾਰੇ ਪੁੱਠੇ ਕਰ ਦਿੱਤੇ ਨੇ ਓਕੇ ਉਹ ਵਾਸ਼ਰੂਮ ਦੇ ਵਿੱਚ ਇੰਜ ਸ਼ਾਵਰ ਲੱਗਾ ਹੁੰਦਾ ਜਾ ਕੇ ਵੇਖ ਇੰਜ ਲੱਗਾ ਹੀ ਹੁਣ ਮੈਂ ਪਾਣੀ ਖੋਲੇ ਮੇਰੇ ਥੱਲੇ ਪਹਿਲਾਂ ਨਹਾਉਂਦੇ ਆ ਲੈ ਮੁੰਡਿਆ ਅੱਬਾ ਜੀ ਕੌਣ ਨੇ ਆ ਬਈ ਉਹ ਮੇਰਾ ਮੁੰਡਾ ਆ ਗਿਆ ਮੈਂ ਅੱਬਾ ਇੱਥੇ ਵਿਆਹ ਨਹੀਂ ਕਰਨਾ ਕਿਉਂ ਜਿੰਨ ਮੈਨੂੰ ਪਰੇਸ਼ਾਨ ਕਰ ਰਹੇ ਨੇ ਕੀ ਆਂਦੇ ਨੇ ਕਹਿੰਦੇ ਨੇ ਉਸ ਕੁੜੀ ਨਾਲ ਵਿਆਹ ਕਰ ਜਿਹਦੀਆਂ ਲੱਤਾਂ ਵੱਡੀਆਂ ਨੇ ਹੁਣ ਤੁਸੀਂ ਆਪ ਦੱਸੋ ਵੀ ਉਹਨੂੰ ਨਹੀਂ ਪਤਾ ਵੀ ਛਾਤੀ 'ਚ ਲੱਤਾਂ ਦਾ ਕਿੰਨਾ ਕੰਟਰੀਬਿਊਸ਼ਨ ਹੁੰਦਾ ਹੈ ਇਹ ਗਲਤ ਗੱਲ ਹੈ ਲੱਤਾਂ ਤੋਂ ਬਗੈਰ ਤਾਂ ਨਹੀਂ ਨਾ ਫਿਰ ਇਸ ਤਰ੍ਹਾਂ ਹੀ ਅੱਪਾ ਜੀ ਇਹ ਠੀਕ ਹੀ ਹੈ ਠੀਕ ਹੀ ਨਹੀਂ ਠੀਕ ਹੈ ਸਾਰੇ ਸਾਰੇ ਨੂੰ ਪਤਾ ਠੀਕ ਹੈ ਤੂੰ ਕਿਹਨੂੰ ਸੁਣਿਆ ਲੈ ਗਿਆ ਪੁੱਤੇ ਹਾਂ ਇਹ ਕੁੜੀ ਜਿਹੜੀ ਇਹ ਵੀ ਪੈਸੇ ਤੇ ਲਿਆ ਲਈ ਆ ਤੇ ਇਹਨੂੰ ਇੰਪ੍ਰੈਸ ਕਰਨਾ ਹੀ ਅੱਗੇ ਉਹ ਨਹੀਂ ਹੋਈ ਇਹ ਕਿੱਥੇ ਹੋਣੀ ਹੈ ਪਿਆਰ ਕਰਤਾ ਹੂੰ ਮੈਂ ਸਾਰੀ ਜ਼ਿੰਦਗੀ ਤੁਹਾਰੀ ਆਂਖੋਂ ਮੇ ਆਂਸੂ ਨਹੀਂ ਆਨੇ ਦੂੰਗਾ ਉਰਦੂ ਚ ਕਹਿ ਉਰਦੂ ਚ ਕਹਿ ਉੱਪਰ ਰਹਿਣ ਦੇ ਪਿਆ ਕਿਉਂ ਉਰਦੂ ਵਿੱਚ ਘੱਟ ਫਿਰ ਨਹੀਂ ਆ ਪੜ੍ਹੀ ਲਿਖੀ ਕੁੜੀ ਲੱਗਦੀ ਇੰਪ੍ਰੈਸ ਹੋਵੇਗੀ ਪੜ੍ਹ ਕੇ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਇਹ ਦੋ ਮੁੰਡੇ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੇ ਨੇ ਤੁਹਾਨੂੰ ਪਤਾ ਹੀ ਹੋਣਾ ਦੋ ਮੁੰਡੇ ਹਾਂ ਹਾਂ ਮੁੰਡੇ 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 ਇਹ ਵੀ ਮੁੰਡਾ ਹੀ ਜੇ ਇਹ ਵੀ ਮੁੰਡਾ ਹੀ ਜੇ ਚੁੱਪ ਬਸ ਠੀਕ ਹੈ ਪੁੱਤਰ ਤੈਨੂੰ ਬੰਦਾ ਇਹ ਵੀ ਨਹੀਂ ਕਹਿ ਸਕਦਾ ਬਹਿ ਕੇ ਗੱਲ ਕਰ ਲਾਂਗੇ ਲੈਣਾ ਬੋਲੋ ਏਡਾ ਪੁਰਾਣਾ ਹਾਂ ਏਡਾ
ਸਾਨੂੰ ਰਿਸ਼ਤੇ ਦੀ ਗੱਲ ਕਰਨ ਦੋ ਯਾਰ, ਐਵੇਂ ਪੁਰਾਣਾ ਪੁਰਾਣਾ ਜਲਦੀ ਕਰਨਾ, ਮੇਰੇ ਪਾਸ ਟਾਈਮ ਨਹੀਂ ਹੈ। ਮੈਂ ਨਹੀਂ ਕੋਈ ਹੈਪਾਟਾਈਟਸ, ਮੈਂ ਤੁਮਸੇ ਪਿਆਰ ਕਰਤਾ ਹੂੰ। मैं तुमसे प्यार करता हूँ, सारी जिंदगी तुम्हारी आंखों में आंसू नहीं आने दूंगा। तुमसे प्यार करता हूँ, सारी जिंदगी तुम्हारी आंखों में आंसू नहीं आने दूंगा। आंखों में आंसू नहीं आने दूंगा। मैं की क्या आंसू में आंखों नहीं आने दूंगा। नाली ने तुम्हें मरने वाले क्यों हो? मैं आपको चास दे दूंगा। पुत्र धुनी धुनी शुरू तो ही हुई, लेकिन तू ओदो बिलकुल निका से। अच्छा धुनी तो दूरबीन नाल भी तेनू नजर नहीं आता। जम्मण तो पहला छातियां मार रहे हैं, वो दाई ने ठुड्डा मारिया कुत्ते दे आ पुत्रा कढ लेनी है तेनू की है। देखे जी यार ये मुश्किलात खड़ी है, जल्दी करें, पता मेरे पास टाइम नहीं है, पता मैंने गटर भी निकालना है जाके। आप जल्दी करें, टाइम मेरे पास कम है। अच्छा ये बताएं कि आपका बिजनेस क्या है जी? बिजनेस क्या है आपका? मैंने निकाल कर दिया।
चक्कर खानदान है, ये कौन है? जी अच्छा जी जी, आपका कारोबार क्या है? कारोबार अल्लाह का शुक्र है अल्हम्दुलिल्लाह। अच्छा, अपने वाले साहब ने सोना अल्लाह का दारा करते क्या है आप? नहीं हमने वाले साहब जी तो वेले होंगे, मम्मी ने आले होंगे चल रहे हैं। आपका क्या बिजनेस है? असि कबाब लाने हैं जी। हाँ जी, एक दूजे दे ਇੰਟਰਵਿਊ ਲੈਣਾ ਉਹਨਾਂ ਨੇ। ਇੰਟਰਵਿਊ ਤੇਰੇ ਵੱਡਿਆਂ ਨੇ ਬਹਿ ਗੱਲ ਕਰਨੀ, ਤੂੰ ਬਾਹਰ ਹੀ ਰਹਿ।